ਨਾਭਾ ਵਿਖੇ ਨਗਰ ਕੌਂਸਲ ਨਾਭਾ ਦੀ ਇਲੈਕਸ਼ਨ ਕੰਪੇਨ 5 ਫਰਵਰੀ ਤੋਂ ਸ਼ੁਰੂ ਹੋ ਗਈ ਹੈ। ਨਾਭਾ ਚੋਣ ਕੰਪੇਨ ਦੀ ਸ਼ੁਰੂਆਤ ਸਫਾਈ ਅਭਿਆਸ ਦੀ ਸ਼ੁਰੂਆਤ ਕਰਕੇ ਹੋਈ। ਨਾਭਾ ਨਗਰ ਦੇ ਕੌਂਸਲ ਦੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਆਪਣੇ 20 ਵਲੰਟੀਅਰਾਂ ਦੇ ਨਾਲ ਪਾਰਟੀ ਝੰਡੇ ਟੋਪੀ ਅਤੇ ਮਫਲਰ ਨਾਲ ਰੇਕ ਦੇ ਹੱਥ ਦੇ ਵਿੱਚ ਕੋਲ ਝਾੜੂ ਨਾਲ ਸਫਾਈ ਅਭਿਆਨ ਚਲਾਇਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕਿਹਾ ਕਿ ਸਾਡੀ ਪਾਰਟੀ ਦੇ ਉਮੀਦਵਾਰਾਂ ਨੂੰ ਨਾਭਾ ਵਾਸੀਆਂ ਦਾ ਸਹਿਯੋਗ ਮਿਲ ਹੈ। ਅਸੀਂ ਨਾਭਾ ਨੂੰ ਭ੍ਰਿਸ਼ਟਾਚਾਰ ਮੁਕਤ ਕਰਾਂਗੇ। ਨਾਭਾ ਵਿੱਚ ਕਮੇਟੀ ਆਮ ਆਦਮੀ ਪਾਰਟੀ ਦੀ ਬਣੇਗੀ। ਆਵਾਜ਼ ਕੰਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ। ਦਾ ਟੀਚਾ ਇਹ ਹੈ ਜੀ, ਸਾਡੇ ਅੱਜ ਕੈਂਡੀਡੇਟ ਨੇ ਜਿਹੜੇ, ਉਹਨਾਂ ਦੀ ਨੋਮੀਨੇਸ਼ਨ ਫਾਈਨਲ ਹੋ ਚੁੱਕੀ ਹੈ ਔਰ ਆਮ ਆਦਮੀ ਪਾਰਟੀ ਦਾ ਮੇਨ ਅਭਿਆਨ ਹੈ ਸਫਾਈ ਦਾ ਔਰ ਝਾੜੂ। ਅੱਜ ਅਸੀਂ ਸ਼ਹਿਰ ਦੇ ਵਿੱਚ ਇਹੀ ਦੱਸਣਾ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਆਮ ਉਹ ਲੋਕ ਨੇ ਜਿਹੜੇ ਸ਼ਹਿਰ ਦੇ ਵਿੱਚ ਆਪਣਾ ਆਪ ਝਾੜੂ ਲਾ ਕੇ ਵੀ ਸ਼ਹਿਰ ਦੀ ਸਫਾਈ ਕਰ ਸਕਦੇ ਨੇ ਔਰ ਹਰ ਤਰ੍ਹਾਂ ਨਾਲ ਆਮ ਲੋਕਾਂ ਦਾ ਸਾਥ ਦੇਣਗੇ। ਔਰ ਮੈਂ ਇਹ ਨਾਭਾ ਦੇ ਸਾਰੇ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਸਾਰੇ ਜਣੇ ਆਮ ਆਦਮੀ ਪਾਰਟੀ ਦਾ ਸਾਥ ਦੇਣ, ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣ। ਜਿਹੜੇ ਲੋਕ ਪਿਛਲੇ ਸਾਲਾਂ ਤੋਂ ਇੰਨੇ ਸਾਲਾਂ ਤੋਂ ਇੱਥੇ ਨਾਭਾ 'ਚ ਅੱਗੇ ਆਉਂਦੇ ਸੀ, ਉਹਨਾਂ ਨੇ ਮੇਨ ਭ੍ਰਿਸ਼ਟਾਚਾਰ ਨੂੰ ਅੱਗੇ ਕੀਤਾ। ਅਸੀਂ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਲਈ ਤੈਅ ਹੈ ਸਾਡੀ ਨੀਤੀ, ਕਿਉਂਕਿ ਕੇਜਰੀਵਾਲ ਸਾਹਿਬ ਦਾ ਬਿਲਕੁਲ ਸਾਫ਼ ਉਹਨਾਂ ਦੀ ਨੀਤ ਹੈ, ਸਾਫ਼ ਉਹਨਾਂ ਦਾ ਬਿਆਨ ਹੈ ਕਿ ਅਸੀਂ ਬਿਲਕੁਲ ਵੀ ਇਸ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਔਰ ਇਸ ਨੂੰ ਜੜ ਤੋਂ ਖਤਮ ਕਰਾਂਗੇ। ਸਫਾਈ ਅਭਿਆਨ ਜਿਹੜਾ ਮੁਹਿੰਮ ਚਲਾਈ ਗਈ ਆ ਅਤੇ ਜਿਸ ਦੌਰਾਨ ਸਾਡੇ ਸਾਰੇ MLA ਨੇ ਉਹ ਆਪਣੇ ਬਠਿੰਡੇ ਤੋਂ ਇਸ ਮੁਹਿੰਮ ਦਾ ਆਗਾਜ਼ ਕਰਿਆ ਅਤੇ ਅਸੀਂ ਅੱਜ ਸਾਰੇ ਹਲਕਿਆਂ ਦੇ ਵਿੱਚ ਨਾਭਾ ਦੇ ਵਿੱਚ ਵੀ ਲੋਕਾਂ ਨੂੰ ਦੱਸ ਰਹੇ ਹਾਂ ਕਿ ਇੱਕ ਆਮ ਜਿਹੜਾ ਝਾੜੂ ਆ ਉਹ ਸਾਨੂੰ ਸਫਾਈ ਦੇ ਕੰਮ ਆਉਂਦਾ ਅਤੇ ਭ੍ਰਿਸ਼ਟਾਚਾਰੀ ਨੂੰ ਭਜਾਉਣ ਲਈ ਜਿਹੜਾ ਉਹ ਸਫਾਈ ਦਾ ਕੰਮ ਕਰੂਗਾ ਅਤੇ ਨਾਭਾ ਦੇ ਸ਼ਹਿਰ ਦੇ ਵਾਸੀਆਂ ਨੂੰ ਮੇਰੀ ਬੇਨਤੀ ਆ ਕਿ ਆਓ ਆਪਾਂ ਰਲ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਈਏ ਅਤੇ ਇਹਨਾਂ ਹੰਕਾਰੀ ਲੋਕ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਫਲਾ ਫਲਾ ਕੇ ਪੈਸਾ ਇਕੱਠਾ ਕਰਿਆ ਹੋਇਆ ਇਹਨਾਂ ਨੂੰ ਭਜਾਈਏ ਅਤੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹੁੰਦਾ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੂ ਜਿਹੜਾ ਚਾਹੇ ਅਕਾਲੀਆਂ ਦੇ ਰਾਜ ਦੇ ਵਿੱਚ ਇੱਥੇ ਨਾਭੇ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਭਾਵੇਂ ਕਾਂਗਰਸ ਦੇ ਰਾਜ ਦੇ ਵਿੱਚ ਹੋ ਰਿਹਾ ਇਹ ਰਲ ਕੇ ਨਾਭੇ ਨੂੰ ਲੁੱਟ ਰਹੇ ਨੇ ਜੀ ਇਹਨਾਂ ਦੀ ਜਾਂਚ ਕਰਵਾਵਾਂਗੇ। ਤੁਹਾਨੂੰ ਕਿੰਨਾ ਕੁ ਸਹਿਯੋਗ ਮਿਲ ਰਿਹਾ ਜੀ ਪਾਰਟੀ ਦਾ ਅਤੇ ਕਿੰਨੀਆਂ ਸੀਟਾਂ ਦੀ ਤੁਹਾਨੂੰ ਉਮੀਦ ਰੱਖਦੇ? ਨਹੀਂ ਦੇਖੋ ਆਪਾਂ ਪੂਰਾ ਨਾਭੇ ਦੇ ਜਿਹੜੇ ਲੋਕ ਨੇ ਸਾਨੂੰ ਸਹਿਯੋਗ ਦੇ ਰਹੇ ਨੇ ਨਾਭੇ ਦੇ ਵਿੱਚ ਅਤੇ ਕਮੇਟੀ ਬਣਾਵਾਂਗੇ ਨਾਭੇ ਦੇ ਵਿੱਚ ਜੀ। ਲੋਕਾਂ ਨੂੰ ਬਸ ਇੱਕ ਮੈਸੇਜ ਆ ਵੀ ਚੰਗੇ ਉਮੀਦਵਾਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਰਿਆਂ ਦੀ ਸਪੋਰਟ ਕਰੋ। ਅਸੀਂ ਆਮ ਘਰਾਂ ਦੇ ਲੋਕ ਹਾਂ ਅਤੇ ਆਮ ਲੋਕਾਂ ਦੀ ਸੁਣਵਾਈ ਹੋਊਗੀ, ਇਹ ਨਹੀਂ ਹੋਊਗਾ ਜਿਹੜੇ ਧਨਾੜ ਲੋਕ ਨੇ ਇਹਨਾਂ ਦੇ ਮਗਰ ਲੱਗ ਕੇ ਆਪਣੇ ਜਿਹੜੇ ਬੱਚਿਆਂ ਦਾ ਭਵਿੱਖ ਨਹੀਂ ਖਰਾਬ ਕਰਨਾ। ਆਮ ਆਦਮੀ ਪਾਰਟੀ ਦਿੱਲੀ ਦੇ ਵੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ, ਪੰਜਾਬ ਦੇ ਵਿੱਚ ਵੀ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ।